ਇਹ ਦੋਸ਼ੀ ਉਹਦਾ ਕਤਲ ਕਰਕੇ ਲੁਧਿਆਣਾ ਛੱਡਣ ਦੇ ਫਰਾਕ ਵਿੱਚ ਵੀ ਸੀਗਾ। ਲੜਕੀ ਦੀ ਇਹ ਦੂਸਰੀ ਸ਼ਾਦੀ ਹੈ ਜੀ। ਹੁਣ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ। ਫਿਰ ਅਸੀਂ ਉਹਨੂੰ ਇੱਥੇ ਜੰਦਾ ਬਾਈਪਾਸ ਤੋਂ ਉਹਨੂੰ ਕਾਬੂ ਕੀਤਾ, ਕਿਤੇ ਬਾਹਰ ਭੱਜਣ ਦੀ ਫਲਾਕ 'ਚ ਬੱਸ ਲੈ ਕੇ ਉੱਥੇ ਤਿਆਰ ਬੈਠਾ ਸੀਗਾ। ਇਹ ਵੀ ਸਾਹਮਣੇ ਆ ਰਿਹਾ ਕਿ ਇਸ ਨੂੰ ਜਿਹੜਾ ਰਾਜੀਨਾਮਾ ਕਰਕੇ ਪਹਿਲਾਂ ਲੜਕੀ ਨੂੰ ਲਿਆਂਦਾ, ਉਸ ਤੋਂ ਬਾਅਦ ਇਹ ਜਿਹੜਾ ਫਾਹਾ ਜਿਹੜਾ ਲਗਾਇਆ ਗਿਆ ਲੜਕੀ। ਐਫ ਆਈ ਆਰ ਦਰਜ ਹੋ ਚੁੱਕੀ ਹੈ ਜੀ 199 ਨੰਬਰ। 3 ਘੰਟੇ ਦੇ ਵਿੱਚ ਇਹ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ। ਲੁਧਿਆਣਾ ਲਾਈਵ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਵਿੰਦਰ ਸਿੰਘ ਢਿੱਲੋਂ। ਭੱਟੀਆਂ ਦਾ ਇੱਕ ਮਰਡਰ ਕੇਸ ਜਿਹੜਾ ਸਾਹਮਣੇ ਆਇਆ, ਇੱਕ ਵਿਆਹਤਾ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਉਸਦੇ ਪਤੀ ਦੇ ਵੱਲੋਂ, ਪਰ ਪੁਲਿਸ ਨੇ ਜਿਹੜਾ ਮਾਮਲਾ ਸਿਰਫ 3 ਘੰਟਿਆਂ ਦੇ ਵਿੱਚ ਹੀ ਜਿਹੜਾ ਸੁਲਝਾ ਦਿੱਤਾ। ਇਸ ਟਾਈਮ ਅਸੀਂ ਥਾਣਾ ਕੋਤਵਾਲੀ ਦੇ ਵਿੱਚ ਬੈਠੇ ਹਾਂ, ਜਿੱਥੇ ACP ਗੁਰਵਿੰਦਰ ਸਿੰਘ ਜੀ ਸਾਡੇ ਨਾਲ ਨੇ, ਅਸੀਂ ਗੱਲਬਾਤ ਕਰਦੇ ਹਾਂ। ਸਰ ਸਵਾਗਤ ਹੈ ਲੁਧਿਆਣਾ ਲਾਈਵ 'ਤੇ ਜੀ। ਸਰ ਕੀ ਸਾਰੀ ਵਾਰਦਾਤ ਸੀਗੀ ਔਰ ਕਿਸ ਤਰ੍ਹਾਂ ਇਸ ਨੂੰ ਟਰੈਕ ਕੀਤਾ ਗਿਆ, ਕੀ ਇਹਦਾ ਸਟੇਟਸ ਹੈ ਜੀ? ਦੇਖੋ, ਇਹ ਕੱਲ੍ਹ ਸਾਡੇ SHO ਗੋਪਾਲ ਕ੍ਰਿਸ਼ਨ ਜੀ ਨੂੰ ਇਤਲਾਹ ਮਿਲੀ ਵੀ ਨੀਰੂ ਨਾਮ ਦੀ ਲੜਕੀ ਦਾ ਉਸਦੇ ਪਤੀ ਨੇ ਕਤਲ ਕਰ ਦਿੱਤਾ ਹੈ, ਤਾਂ ਇਹ ਤੁਰੰਤ ਆਪਣੀ ਪੁਲਿਸ ਪਾਰਟੀ ਲੈ ਕੇ ਮੌਕੇ 'ਤੇ ਪਹੁੰਚੇ। ਬਿਨਾਂ ਸਮਾਂ ਗਵਾਇਆ ਇਹਨਾਂ ਨੇ ਉੱਥੇ ਬਿਆਨ ਲਿਖ ਕੇ ਮੌਕੇ ਦੀ ਲੋੜੀਂਦੀ ਕਾਰਵਾਈ ਕੀਤੀ। ਅਤੇ ਜਿਹੜਾ ਸਾਡਾ ਦੂਸਰਾ ਮੇਨ ਕੰਮ ਹੁੰਦਾ ਵੀ ਦੋਸ਼ੀ ਨੂੰ ਗ੍ਰਿਫਤਾਰ ਕਰਨਾ, ਤਾਂ ਇਹ ਦੋਸ਼ੀ ਉਹਦਾ ਕਤਲ ਕਰਕੇ ਲੁਧਿਆਣਾ ਛੱਡਣ ਦੇ ਫਰਾਕ ਵਿੱਚ ਵੀ ਸੀਗਾ, ਤਾਂ ਇਹਨੂੰ ਕਰੀਬ 9 ਵਜੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ ਵੀ 3 ਘੰਟੇ ਦੇ ਵਿੱਚ ਇਹ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ। ਸਰ ਜਿਹੜੀ ਲੜਕੀ ਦੀ ਜਿਸਦੀ ਮੌਤ ਹੋਈ ਹੈ, ਇਸ ਦੀ ਇਹ ਦੂਸਰੀ ਸ਼ਾਦੀ ਹੈ? ਲੜਕੀ ਦੀ ਇਹ ਦੂਸਰੀ ਸ਼ਾਦੀ ਹੈ ਜੀ। ਹੁਣ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ। ਝਗੜੇ ਦਾ ਕਾਰਨ ਵੀ ਸਾਹਮਣੇ ਆਇਆ ਜੀ, ਕਿਉਂ ਇਹ ਝਗੜਾ ਹੋਇਆ ਜੀ? ਕਾਰਨ ਘਰਾਂ ਦੇ ਵਿੱਚ ਹੋ ਜਾਂਦੇ ਆ ਵੀ ਇਹ ਦਰਦ ਰੂਪ ਪੀ ਕੇ ਕੁੱਟਮਾਰ ਕਰਦਾ ਰਹਿੰਦਾ ਸੀ ਉਹਦੇ ਨਾਲ। ਇਹ ਵੀ ਸਾਹਮਣੇ ਆ ਰਿਹਾ ਕਿ ਇਸ ਨੂੰ ਜਿਹੜਾ ਰਾਜੀਨਾਮਾ ਕਰਕੇ ਪਹਿਲਾਂ ਲੜਕੀ ਨੂੰ ਲਿਆਂਦਾ, ਉਸ ਤੋਂ ਬਾਅਦ ਇਹ ਜਿਹੜਾ ਫਾਹਾ ਜਿਹੜਾ ਲਗਾਇਆ ਗਿਆ ਲੜਕੀ ਨੂੰ। ਹਾਂ, ਇਹ ਮਤਲਬ ਇਹ ਸ਼ੱਕ ਕਰਦਾ ਸੀ ਵੀ ਲੜਕੀ ਦੇ ਕਿਤੇ ਹੋਰ ਅਫੇਅਰ ਹੈ, ਤਾਂ ਇਹ ਜਦੋਂ ਕੁੱਟਮਾਰ ਕਰਦਾ ਸੀ ਤਾਂ ਲੜਕੀ ਆਪਣੇ ਕਿਸੇ ਦੋਸਤ ਦੇ ਕੋਲ ਚਲੀ ਗਈ ਅਤੇ ਉੱਥੋਂ ਉਹਦੇ ਪੇਰੈਂਟਸ ਉਹਨੂੰ ਲੈ ਕੇ ਆਏ। ਉਸਦੇ ਸਹੁਰਾ ਪਰਿਵਾਰ ਦੇ ਵਿੱਚੋਂ ਵੀ ਕੋਈ ਸਾਥ ਇਹਦੇ ਨਾਲ ਸੀਗਾ ਜੀ? ਅਜੇ ਤੱਕ ਕੁਛ ਨਹੀਂ ਆਇਆ, ਜੇ ਅਗਰ ਪੜਤਾਲ 'ਚ ਆਇਆ ਤਾਂ ਦੇਖਾਂਗੇ। ਹੁਣ ਸਰ ਕੇਸ ਦਰਜ ਹੋ ਗਿਆ ਜੀ, FIR ਦਰਜ ਹੋ ਚੁੱਕੀ ਹੈ ਜੀ, 199 ਨੰਬਰ, ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ। ਉਹ ਦੋਸ਼ੀ ਨੂੰ ਜਿਹੜਾ 3 ਘੰਟਿਆਂ ਦੇ ਵਿੱਚ ਹੀ ਜਿਹੜਾ ਗ੍ਰਿਫਤਾਰ ਕਰ ਲਿਆ, ਬਹੁਤ ਹੀ ਜਿਹੜਾ ਸ਼ਲਾਘਾਯੋਗ ਕਦਮ ਹੈ ਪੰਜਾਬ ਪੁਲਿਸ ਦਾ। ਥਾਣਾ ਸਲੇਮ ਟਾਵਰੀ ਤੋਂ SHO ਗੋਪਾਲ ਕ੍ਰਿਸ਼ਨ ਜੀ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਕਿਸ ਤਰ੍ਹਾਂ ਉਹਨਾਂ ਨੂੰ ਇਹ ਵਾਰਦਾਤ ਬਾਰੇ ਪਤਾ ਲੱਗਿਆ ਔਰ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕੀਤੀ? ਸਰ ਸਵਾਗਤ ਹੈ ਲੁਧਿਆਣਾ ਲਾਈਵ 'ਤੇ ਜੀ। ਕਿਸ ਤਰ੍ਹਾਂ ਤੁਹਾਨੂੰ ਇਹ ਤਲਾਹ ਮਿਲੀ ਜੀ ਔਰ ਕਿਸ ਤਰ੍ਹਾਂ ਤੁਸੀਂ ਇਸ ਨੂੰ ਜਿਹੜਾ ਸਾਰਾ ਕੀਤਾ ਜੀ ਕੇਸ? ਮੈਂ ਪਟਰੋਲਿੰਗ ਦੇ ਸੰਬੰਧ 'ਚ ਆਪਣੇ ਜੰਦਰ ਬਾਈਪਾਸ ਤੋਂ ਜਾ ਰਿਹਾ ਸੀ, ਮੈਨੂੰ ਫੋਨ 'ਤੇ ਤਲਾਹ ਮਿਲੀ ਹੈ ਕਿ ਇੱਦਾਂ ਉੱਥੇ ਇੱਕ ਮਤਲਬ ਕਿ ਮਰਡਰ ਹੋ ਗਿਆ, ਹਸਬੈਂਡ ਨੇ ਵਾਈਫ ਦਾ ਕਰਤਾ। ਅਸੀਂ ਉਹਦੀ ਮੌਕੇ 'ਤੇ ਪਹੁੰਚ ਗਏ, ਮੌਕੇ 'ਤੇ ਜਾ ਕੇ ਤਾਂ ਅਸੀਂ ਗਿਆ ਤਾਂ ਜਿਹੜੇ ਜਿਨ੍ਹਾਂ ਨੇ ਇਹ ਮੁਕੱਦਮਾ ਦਰਜ ਕਰਾਇਆ ਬਿਕਰਮ ਸਿੰਘ, ਉਹ ਸਾਨੂੰ ਉੱਥੇ ਮੌਕੇ 'ਤੇ ਮਿਲੇ ਅਤੇ ਅਸੀਂ ਉੱਥੋਂ ਫਿਰ ਉਹਦੀ ਡੈਡ ਬੋਡੀ ਉੱਥੇ ਕਰਕੇ ਹੋਸਪਿਟਲ ਭੇਜੀ ਅਤੇ ਫਿਰ ਉਸ ਤੋਂ ਬਾਅਦ ਬਾਕੀ ਕਾਰਵਾਈ ਮੁਕੰਮਲ ਕੀਤੀ, ਮੁਲਾਜ਼ਾ ਵਗੈਰਾ ਕਰਕੇ ਫਿਰ ਅਸੀਂ ਉਹਦਾ ਉਹਨੂੰ ਅਰੈਸਟ ਕੀਤਾ। ਭੱਜਣ ਦੀ ਫਰਾਕ ਦੇ ਵਿੱਚ ਵੀ ਸੀਗਾ, ਇਹ ਵੀ ਜਿਹੜੀ ਗੱਲ ਸਾਹਮਣੇ ਆ ਰਹੀ। ਅਸੀਂ ਫਿਰ ਸਾਰੇ ਆਪਣੇ ਸੋਰਸ ਲਗਾਏ, ਕਿਉਂਕਿ ਸਾਡਾ ਮੇਨ ਹੁੰਦਾ ਕਿ ਆਪਾਂ ਛੇਤੀ ਛੇਤੀ ਦੋਸ਼ੀ ਨੂੰ ਕਾਬੂ ਕਰ ਲਈਏ ਤਾਂ ਕਿ ਲੋਕਾਂ 'ਚ ਸਾਡਾ ਵਿਸ਼ਵਾਸ ਬਣਿਆ ਰਹੇ। ਫਿਰ ਅਸੀਂ ਉਹਨੂੰ ਇੱਥੇ ਜੰਦਾ ਬਾਈਪਾਸ ਤੋਂ ਉਹਨੂੰ ਕਾਬੂ ਕੀਤਾ, ਕਿਤੇ ਬਾਹਰ ਭੱਜਣ ਦੀ ਫਲਾਕ 'ਚ ਬੱਸ ਲੈ ਕੇ ਉੱਥੇ ਤਿਆਰ ਬੈਠਾ ਸੀਗਾ, ਅਸੀਂ ਉੱਥੇ ਉਹਨੂੰ ਕਾਬੂ ਕਰ ਲਿਆ। ਧੰਨਵਾਦ ਸਰ। ਸੋ ਰਾਜਾ ਸੇਖੋਂ ਨਾਮ ਦਾ ਉਹ ਵਿਅਕਤੀ ਹੈ ਜਿਸ ਨੇ ਆਪਣੀ ਪਤਨੀ ਨੂੰ ਜਿਹੜਾ ਚੁੰਨੀ ਦੇ ਨਾਲ ਫਾਹਾ ਲਾ ਕੇ ਜਿਹੜਾ ਮੌਤ ਦੇ ਘਾਟ ਉਤਾਰਿਆ ਔਰ ਪੁਲਿਸ ਨੇ ਬਹੁਤ ਹੀ ਮੁਸਤੈਦੀ ਦੇ ਨਾਲ ਸਿਰਫ 3 ਘੰਟਿਆਂ ਦੇ ਵਿੱਚ ਹੀ ਜਿਹੜਾ ਉਸ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਨ ਤੋਂ ਬਾਅਦ ਉਸਦੇ ਉੱਪਰ ਜਿਹੜੀ FIR ਵੀ ਕੀਤੀ ਔਰ ਅਗਲੀ ਜਿਹੜੀ ਕਾਰਵਾਈ ਹੈ ਪੁਲਿਸ ਵੱਲੋਂ ਉਹ ਵੀ ਕੀਤੀ ਜਾ ਰਹੀ ਹੈ। ਸੋ ਨਵੇਂ ਅਪਡੇਟ ਨਾਲ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਜੀ। ਕੈਮਰਾ ਪਰਸਨ ਹਨੀ ਔਰ ਸੰਜੇ ਸੇਤੀਆ ਦੇ ਨਾਲ ਹਰਵਿੰਦਰ ਸਿੰਘ ਢਿੱਲੋਂ, ਲੁਧਿਆਣਾ ਲਾਈਵ।